ਮਲਕ ਮਨਜ਼ੂਰ ਦੀ ਗੱਲ ਸੁਣ ਸੋ ਤਾਂ ਅਗਾਂਹ ਨਾ ਕਰਿਓ ਅਤੇ ਲਾਜ਼ਮੀ ਸੁਣ ਸੋ। ਬੜੀ ਮੈਂ ਪਿਆਰੀ ਔਰ ਬੜੀ ਅੱਛੀ ਗੱਲ ਕਰਨ ਲੱਗਿਆ। ਸਲਾਮ ਅਲੈਕੁਮ, ਕੀ ਹਾਲ ਹੈ ਬਾਹਰ ਪਾਕਿਸਤਾਨ ਵਿੱਚ ਹੋ ਜਾਂ ਪਾਕਿਸਤਾਨ ਤੋਂ ਬਾਹਰ ਹੋ, ਜਿੱਥਾ ਵੀ ਹੈ, ਈਦ ਕਿਹੋ ਗੁਜ਼ਰੀ ਹੈ? ਠੀਕ ਠਾਕ ਹੋ ਨਾ? ਬਸ ਗੁਜ਼ਰ ਗਈ ਹੈ ਚੰਗੀ ਮਾੜੀ, ਖਰਚੇ ਵੀ ਹੋ ਗਏ ਨੇ। ਅਤੇ ਜਿਹੜੇ ਜੰਦੁਕ ਜੁੰਦੁਕ ਨਵੀਂ ਨਵੀਂ ਸ਼ਾਦੀਆਂ ਕੀਤੀਆਂ ਉਹਦੇ ਮਜ਼ੇ ਮੇਰੇ ਸਸੁਰਾਲ ਪਏ ਗਏ, ਖਾਧਾ ਪੀਤਾ, ਈਦੀਆਂ ਸ਼ੀਦੀਆਂ ਵੀ ਮਿਲੀਆਂ ਹੋ ਸਾਨੂੰ, ਅਤੇ ਅਸੀਂ ਈਦੀਆਂ ਦੇਂਦੇ ਹੀ ਹਾਂ। ਅਤੇ ਬਸ ਅਸੀਂ ਆਪ ਸੋ ਰਹੇ ਹਾਂ, ਅਤੇ ਅਸੀਂ ਤਾਂ ਕਿਆ ਆਖਦੇ ਹੋ, ਬਸ ਹੁਣ ਜਨਕਾਂ ਦੀ ਈਦ ਅਸਤੀ ਕਿਹੜੀ ਈਦ ਹੈ? ਬਸ ਗੱਪ ਸ਼ੱਪ ਲਾਈਏ, ਰੋਜ਼ੇ ਅੱਛੇ ਰੱਖੇ, ਤਰਾਵੀਆਂ ਪੜ੍ਹੀਆਂ, ਨਮਾਜ਼ਾਂ ਪੜ੍ਹਦੀਆਂ ਪੜ੍ਹੀਆਂ। ਅਤੇ ਅੱਜ ਮੇਰੇ ਲਈ ਤੁਸੀਂ ਨਾਲ ਗੱਲ ਕਰਦਾ ਨਾ, ਮੁਲਕ ਅੱਛੀ ਗੱਲ ਕਰਦਾ। ਪੁਰਾਣੇ ਜ਼ਮਾਨੇ ਵਿੱਚ ਜਿਹੜੀਆਂ ਲੋਕ ਇਹਨਕੋ ਵੀ ਬਿਮਾਰੀਆਂ ਦੱਸਦੇ ਅਸੀਂ ਨਾ ਬਿਮਾਰੀਆਂ, ਉਹ ਲੋਕ ਅਗਰ ਅੱਜ ਦੇ ਡਾਕਟਰਾਂ ਕੋਲ ਇਲਾਜ ਹੋਣ ਨਾ, ਅੱਜ ਕੱਲ੍ਹ ਦੇ ਜਿਹੜੇ ਯੰਗ ਡਾਕਟਰ ਨਵੇਂ, ਜੀ ਮਾਈ ਆਈ ਹੈ ਜਨਕਾ ਕਹਿਣਗੇ, ਸਲਾਮ ਅਲੈਕੁਮ ਡਾਕਟਰ ਸਾਹਿਬ, ਇਹ ਸਭ ਸਿਰਸਾਨ ਹੋਈ ਦੀ ਹੈ ਅਤੇ ਰਾਤੀ ਸਾਂਦਾ ਨਹੀਂ ਤਾਂ ਬਸ ਰਹਿੰਦਾ। ਉਹ ਡਾਕਟਰ ਪਰੇਸ਼ਾਨ ਹੋ ਗਿਆ, ਯਾਰ ਸਰਸਾਮ ਕੇ ਸੁਕਾਤੇ, ਪਰੇਸ਼ਾਨ ਹੋ ਗਿਆ ਯਾਰ, ਇਹ ਕਿਹੜੀ ਬਿਮਾਰੀ ਹੈ? ਹਾਲਾ ਜੀ ਕਿਆ ਕਿਆ ਹੋਇਆ ਇੱਕ ਤਰ੍ਹਾਂ ਫਿਰ ਬਤਾਏ, ਸਿਰਸਾਮ ਹੋ ਗਈ ਹੈ ਸਿਰਸਾਮ ਡਾਕਟਰ ਸਾਹਿਬ ਹੋ, ਸਿਰਸਾਮ ਕਿਹੜੀ ਬਿਮਾਰੀ ਹੈ? ਹਾਲਾ ਉਹ ਮੱਥੇ 'ਤੇ ਹੱਥ ਰੱਖ ਕੇ ਬਹਿ ਰਿਹਾ, ਫਿਰ ਉਹ ਸਮਝ ਗਿਆ ਯਾਰ ਕਿ ਪੁਰਾਣੀ ਬਿਮਾਰੀ ਹੈ। ਉਸ ਦਾ ਪੇ ਵੀ ਡਾਕਟਰ ਹੈ ਸਰ ਪੁਰਾਣਾ, ਉਸ ਪਿਓ ਫੋਨ ਕੀਤਾ, ਮਲਾਇਆ ਨੰਬਰ ਕੀਤਾ, ਸਲਾਮ ਅਲੈਕੁਮ ਅਬੂ ਜੀ, ਆਹ ਵਾਲੇਕੁਮ ਸਲਾਮ ਬਾਬਾ, ਇਹ ਪੇਸ਼ੈਂਟ ਆਇਆ ਹੈ ਤਾਂ ਉਹ ਕਹਿ ਰਿਹਾ ਕਿ ਮੇਰੀ ਬੇਟੀ ਕੋ ਯੇ ਸਰਸਾਮ ਹੋ ਗਈ ਹੈ, ਸਰਸਾਮ। ਅੱਛਾ ਅੱਛਾ ਅੱਛਾ, ਉਹ ਬੇਟਾ ਉਹ ਬਾਤ ਗਿਆ, ਸਰਸਾਮ ਉਸਕੋ ਕਹਿੰਦੇ ਹੈ ਨਾ, ਉਹ ਸਿਰ ਮੇਂ ਉਹ ਇੱਕਦਮ ਠੰਡਾ ਗਰਮ ਹੋ ਜਾਤਾ ਹੈ, ਸਿਰ ਮੇਂ ਦਰਦ ਹੋ ਜਾਤਾ ਹੈ ਐਸਾ। ਅੱਛਾ ਅੱਛਾ ਅੱਛਾ, ਓਕੇ ਓਕੇ, ਫਿਰ ਉਸਕੋ ਅੱਛਾ ਤੂੰ ਐਸੇ ਬਤਾਤੀ ਨਾ ਮਾਂ ਖਾਲਾ ਜੀ, ਆਪ ਤਾਂ ਤੁਸੀਂ ਦੱਸਿਆ ਨਾ ਜੀ ਸਿਰਸਾਮ ਹੋਇਆ, ਅਤੇ ਇਹ ਜਿਹੀਆਂ ਬਿਮਾਰੀਆਂ, ਅਤੇ ਫਿਰ ਉਹ ਇਸੇ ਕਿਸਮ ਦੀਆਂ ਹੋਰ ਬਿਮਾਰੀਆਂ, ਪਛਾਵਾ ਹੋ ਗਿਆ, ਸਮਝਦੇ ਹੋ ਨਾ ਪਛਾਵਾ, ਪਛਾਵਾ ਉਸ ਕਸਰ ਜ਼ਮਾਨੇ ਵਿੱਚ ਅਸੀਂ ਜਿਹੜੇ ਨਿੱਕੇ ਅਸੀਂ ਆ ਨਾ, ਅਤੇ ਹਜੇ ਮੈਦਾ ਦੇ ਮਈਅਤ ਦੇ ਨੇੜੇ ਨਾ ਜੁਲਿਓ, ਤੁਸੀਂ ਪਛਾਵਾ ਲੱਗ ਜੂ ਸੀ। ਪਛਾਵਾ ਦਾ ਮਤਲਬ ਹੈ ਸੁੱਕਣਾ, ਪਛਾਵਾ ਸੁੱਕਣਾ, ਸੋਕੜਾ, ਸੋਕੜਾ ਵੀ ਇੱਕ ਬਿਮਾਰੀ ਆਖਦੇ ਅਸੀਂ ਲੋਕ, ਪੁਰਾਣੇ ਲੋਕ। ਅੱਜ ਕੱਲ੍ਹ ਦੇ ਡਾਕਟਰਾਂ ਦੇ ਇਸ ਗੱਲਾਂ ਵਿੱਚ ਪੈਂਦੀ ਨਹੀਂ ਹੈ। ਅਤੇ ਪਛਾਵੇ ਨਾਲ ਪਛਾਵਾ ਇਹ ਹੈ ਕਿ ਬੰਦਾ ਸੁੱਕ ਕੇ ਤੀਲਾ ਹੋ ਜਾਂਦਾ ਹੈ, ਉਸ 'ਤੇ ਨਵੇਂ ਡਾਕਟਰਾਂ, ਅੱਜ ਕੱਲ੍ਹ ਦੇ ਨਵੇਂ ਡਾਕਟਰਾਂ ਨੂੰ ਇਸ ਚੀਜ਼ਾਂ ਦਾ ਨਹੀਂ ਪਤਾ, ਅਤੇ ਉਹ ਸੁੱਕ ਕੇ ਤੀਲਾ ਹੋ ਜਾਂਦਾ ਸਾ ਬੰਦਾ, ਅਤੇ ਫਿਰ ਉਹ ਖਾਣਾ ਪੀਣਾ ਵੀ ਘੱਟ ਹੋ ਜਾਂਦਾ ਸੀ। ਇਹ ਅੱਜ ਕੱਲ੍ਹ ਦੀ ਨਵੀਆਂ ਬਿਮਾਰੀਆਂ, ਅੱਜ ਕੱਲ੍ਹ ਦੇ ਜੁਲਦੇ ਪੜ੍ਹੇ ਲਿਖੇ ਲੋਕ ਡਾਕਟਰ ਕੋਲ, ਡਾਕਟਰ ਸਾਹਿਬ ਮੇਰੇ ਜਿਹੜਾ ਉਹ ਮੋਸ਼ਨ ਹੋ ਗਏ ਹੈ, ਤੂੰ ਬਸ ਖਾ ਲਈਏ ਥਾ, ਉਹ ਚਨੇ ਚਾਟ ਖਾ ਲਈਏ ਥੇ, ਤੂੰ ਮੋਸ਼ਨ ਹੋ ਗਏ। ਅੱਛਾ ਅੱਛਾ ਅੱਛਾ, ਠੀਕ ਹੈ ਡਾਕਟਰ ਸਮਝ ਗਿਆ, ਦਵਾਈ ਲਿਖੇ ਚਾਹ ਦਿਓ, ਥੋੜ੍ਹਾ ਖਾਓ ਨਾ। ਇਸਾ ਮਨਸਹਿਰੇ ਵਿੱਚ ਇੱਕ ਡਾਕਟਰ ਹੁੰਦਾ ਸਰ ਚੌਧਰੀ, ਉਹ ਸਰ ਮਜ਼ਾਕ ਵੀ ਕਰਦਾ ਹੁੰਦਾ, ਉਸ ਮਾਸੀ ਫਿਰ ਸਾਗ ਘੜੀ ਖਾਵੇ ਖਾਂਦੀ ਨਾ, ਅਤੇ ਬੁਕਣਾ ਤਾਂ ਫਿਰ ਲੱਗਦਾ, ਉਹ ਸਮਝਦਾ ਸਰ ਪੁਰਾਣੀ ਬਿਮਾਰੀ।
ਫਿਰ ਇੱਕ ਬਿਮਾਰੀ ਪੁਰਾਣੇ ਲੋਕ ਆਉਂਦੇ ਸੀ, ਬੂਕਣਾ ਲੱਗ ਗਿਆ ਉਹ। ਅੱਜ ਕੱਲ੍ਹ ਦੇ ਕਿਸੇ ਡਾਕਟਰ ਕੋਲ ਪੁੱਛੋ ਨਾ ਬੂਕਣਾ ਕੀ ਹੈ, ਉਹਦੇ ਪਹਿਲੇ ਘੰਟਾ ਹੱਕਾ ਬਾਕਾ ਉਦੋਂ ਸੀ ਬੂਕਣਾ ਪੇਚੋ ਸੋ ਛਰਕਣਾ ਜਾਂ ਡੋਗੀ ਦੇ ਜੁਲਦੇ ਖਾਂਦੇ ਤਾਂ ਪਹਿਲੇ ਤਾਂ ਡੋਗੀਆਂ ਵਿੱਚ ਜੁਲਦੇ ਸੀ, ਅੱਜ ਕੱਲ੍ਹ ਘਰ ਘਰ ਦੇ ਅੰਦਰ ਵਾਸ਼ਰੂਮ ਹੈ, ਵਾਰੀਆਂ ਲੱਗੀ ਵੀ ਹੁੰਦੀਆਂ ਸੀ ਡੋਗੀਆਂ ਵਿੱਚ, ਉਹ ਆਵਾਜ਼ ਆਉਂਦਾ ਸਭ ਧਮਾਕਾ ਹੁੰਦਾ ਸਭ ਫੁੱਲ ਉਹ ਛਿੱਟੇ ਪੈਂਦੇ ਸੀ, ਇੱਕ ਆਇਆ ਤਾਂ ਫਿਰ ਆਇਆ ਤਾਂ ਫਿਰ ਗਿਆ। ਇਸੀ ਤਰ੍ਹਾਂ ਕਸਾ ਪਹਿਲੇ ਉਹ ਚਾਰ ਦਿਨ ਦੇ ਆਉਂਦੇ ਸੀ, ਉਹ ਦਵਾਈ ਜੀ ਦਿੰਦੇ ਸੀ ਜਿਸ ਪੇਟ ਖਾਲੀ ਕਰਨ ਵਾਸਤੇ, ਮਲੇ ਜ਼ਹਿਨਾਂ ਤੋਂ ਨਾਂ ਲੈ ਗਿਆ ਜਮਾਲਕੋਟਾ, ਜਮਾਲਕੋਟਾ ਹੁੰਦਾ ਸਰ, ਕਿੱਕਰਾਂ ਦੇ ਫਲ ਵੀ ਹੁੰਦਾ ਸਰ, ਉਹ ਵੀ ਪੀ ਕੇ ਦਿੰਦੇ ਸੀ ਜਨਕਾਂ ਨੂੰ, ਅਤੇ ਉਹ ਪੇਟ ਸਾਫ਼ ਕਰਦਾ ਸਰ, ਅਤੇ ਦੁਲਾਨੀ ਚੜ੍ਹਦੀ ਸੀ, ਦੌੜਦੀ ਸੀ ਡੋਗੀਆਂ ਵਿੱਚ, ਉਹ ਇਕੱਠੇ ਵੇਖ ਉੱਥਾ ਆਵਾਜ਼ ਆਵੇ ਦੁਲਮ, ਕੋਈ ਉੱਧਰ ਜੋ ਕਿ ਬੋਲੇ ਦੁਲਮ ਬੰਨਿਆ ਤਲਾ, ਅਤੇ ਪੇਟ ਉਹਨਾਂ ਖਾਲੀ ਹੋ ਜਾਂਦਾ ਸਰ, ਅਤੇ ਫਿਰ ਉਹ ਹਲਕੀ ਫੁਲਕੀ ਉਹਨਾਂ ਮਕਈ ਵਿੱਚ ਦੁੱਧ ਵਿੱਚ ਜਾਂ ਡਬਲ ਰੋਟੀ ਇਸ ਕਿਸਮ ਦੀ ਘੋਲ ਕੇ ਦੇਵਾਂ, ਅਤੇ ਪੇਟ ਤਾਰਾ ਖਰਾਬ ਹੋਏਦਾ ਹੋਇਆ ਅਤੇ ਠੀਕ ਹੋਇਆ ਅਤੇ ਤਾਂ ਟੁਕੜੇ ਤਾਂ ਲੱਗਦੇ। ਫਿਰ ਇੱਕ ਬਿਮਾਰੀ ਐਨਕੋ ਵਿੱਚ ਹੈ, ਪੀਲੀਆ ਕੀ ਹੋ ਗਿਆ ਜਨਕਾ, ਪੀਲੀਆ ਹੋ ਗਿਆ ਅਤੇ ਅੱਖੀਆਂ ਵੀ ਪੀਲੀਆਂ ਹੋ ਗਈਆਂ ਅਤੇ ਜ਼ਰਦ ਰੰਗ ਹੋ ਗਿਆ, ਪੀਲਾ ਜ਼ਰਦ ਹੋ ਗਿਆ ਜਨਕਾ, ਸਮਝ ਨਹੀਂ ਆਉਂਦੀ, ਪਰੇਸ਼ਾਨ ਹੋ ਗਿਆ ਮਖਰ ਡਾਕਟਰ ਸਾਹਿਬ। ਅੱਛਾ ਉਹ ਡਾਕਟਰ ਟਾਰਚ ਸ਼ਾਲ ਲਾ ਕੇ ਅੱਖੀਆਂ ਦੇਖੀਆਂ, ਚਿਹਰੇ ਦਾ ਰੰਗ ਦੇਖਿਆ, ਟੈਸਟ ਸ਼ੈਸ ਕੀਤੇ, ਉਹ ਅੱਜ ਕੱਲ੍ਹ ਦੀ ਜ਼ਬਾਨ ਡਾਕਟਰਾਂ ਦੀ ਜ਼ਬਾਨ ਵੀ ਪਤਾ ਨਹੀਂ ਪੀਲੀਏ ਕਿਆ ਆਖਦੇ ਨੇ, ਯਰਕਾਨ ਵੀ ਹੋ ਸਕਦਾ, ਮੁਖਤਲਿਫ ਕਿਸਮ ਦੀਆਂ ਬਿਮਾਰੀਆਂ। ਫਿਰ ਉਸ ਦੇ ਮੁਤਾਬਕ ਦਵਾਈਆਂ ਦਿੰਦੇ ਸੀ, ਪੀਲੀਆ ਮਤਲਬ ਹੈ ਕਿ ਯਰਕਾਨ ਵਗੈਰਾ ਜਾਂ ਅੱਖੀਆਂ ਵੀ ਪੀਲੀਆਂ, ਜ਼ਰਦ ਰੰਗ ਹੋ ਗਿਆ। ਅਤੇ ਫਿਰ ਇੱਕ ਬਿਮਾਰੀ ਹੈ ਸੋਕੜਾ, ਸੁੱਕ ਕੇ ਪੀਲਾ ਹੋ ਜਾਂਦੇ ਸੀ, ਮੈਂ ਦੇ ਕੰਮ ਕਰਨਾ ਛੋੜ ਦਿੰਦੇ ਸੀ, ਖੂਨ ਬਣਨਾ ਬੰਦ ਹੋ ਜੁਲਦਾ ਸਾ, ਉਹ ਸੋਕੜਾ ਸੁੱਕ ਜੁਲਦਾ ਸਾ ਬੰਦਾ, ਇਹ ਵੀ ਇੱਕ ਬਿਮਾਰੀ ਹੈ ਜਦੀਦ ਸਾਇੰਸ ਦੇ ਮੁਤਾਬਕ, ਪਤਾ ਨਹੀਂ ਉਹਨਾਂ ਦਾ ਕੀ ਆਖਦੇ ਨੂੰ। ਫਿਰ ਆਖਦੇ ਅਸੀਂ ਗੱਲਾਂ ਪੈ ਗਿਆ, ਇਹ ਜਨਕਾ ਕਿ ਡਾਕਟਰ ਸਾਹਿਬ ਗੱਲਾਂ ਪੈ ਗਿਆ, ਪੀ ਓ ਪਿਛਾ ਅਤੇ ਫੌਜੀ ਹੈ ਅਤੇ ਛੁੱਟੀ ਕੱਟ ਕੇ ਗਿਆ ਅਤੇ ਪਿਛੋਂ ਜਾਂਦਾ ਗੁਰਾਉਂਦਾ ਗੱਲੇ ਪੈ ਗਏ, ਮਾਸੀ ਗੱਲਾਂ ਕੀ ਹੋ ਗਿਆ, ਗੱਲਾਂ ਪੈ ਗਿਆ ਪੈ ਕਿੱਥਾ ਪੈ ਗਿਆ ਮਾਸੀ, ਇਹ ਗੱਲਾਂ ਪੈ ਗਿਆ ਜਨਕਾ ਪੀ ਓ ਯਾਦ ਕਰ ਕਰਕੇ ਰੋਂਦਾ ਅਤੇ ਉਹ ਫਿਰ ਰੋ ਰੋ, ਅੱਛਾ 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 ਉਹ ਮਤਲਬ ਹੈ ਕਿ ਇਸ ਕੋ ਰੋਣੇ ਕੀ ਆਦਤ ਹੈ, ਨਹੀਂ ਰੋਣੇ ਕੀ ਆਦਤ ਵੀ ਹੈ ਲੇਕਿਨ ਇਹ ਗੱਲਾਂ ਪੈ ਗਿਆ। ਉਹ ਨਾਲ ਇੱਕ ਬਾਬਾ ਬੈਠ, ਉਹ ਡਾਕਟਰ ਸਾਹਿਬ ਇਸ 'ਤੇ ਗਾਟੇ ਮਤਲਬ ਹੈ ਤਾਂ ਦੇਖੋ ਇਸ 'ਤੇ ਰੋ ਰੋ ਕੇ ਗੱਲ ਗਾਟੇ ਵਿੱਚ ਇੱਕ ਗਿਲਟੀ ਬਣ ਜੁਲਦੀ ਹੈ, ਉਹ ਦਰਦ ਕਰਦੀ ਹੈ, ਤਾਂ ਉਸ ਵਾਸਤੇ ਕੋਈ ਦਵਾਈ ਦਿਓ ਸਭ ਜਾਂ ਟੀਕਾ ਲਾਓ, ਰੋ ਰੋ ਕੇ ਗੱਲ ਪੈ ਗਿਆ ਅਤੇ ਉਹ ਇੱਥੇ ਬਣ ਜੁਲਦੀ ਹੈ ਗਿਲਟੀ ਜੀ, ਇੱਥੇ ਸੋਜਨ ਜੀ ਹੋ ਜੁਲਦੀ ਹੈ ਗਾਟੇ ਵਿੱਚ, ਉਹ ਸੋਜਲਦੀ ਹੈ ਅਤੇ ਜਿਸ ਦੀ ਵਜ੍ਹਾ ਤੋਂ ਇਹ ਵੀ ਬਿਮਾਰੀ ਹੈ। ਫਿਰ ਪੁਰਾਣੀ ਬਿਮਾਰੀ, ਪੁਰਾਣੇ ਲੋਕ ਵਿੱਚ ਜਾਨਵਰਾਂ ਦੀਆਂ ਬਿਮਾਰੀਆਂ, ਵਿੱਚ ਇਨਸਾਨਾਂ ਦੀਆਂ ਬਿਮਾਰੀਆਂ ਮੈਕਸ ਹੋ ਗਈਆਂ ਸੀ, ਟਾਕੂ ਹੋ ਗਿਆ ਜੀ, ਹਾਂ ਖਾਏ ਮੰਜੀ ਹੋ ਗਿਆ ਜਾਂ ਬਾਬੇ ਕੋ ਹੋ ਗਿਆ, ਹਾਂ ਬਾਬੇ ਕੋ ਹੋ ਗਿਆ, ਟਾਕੂ ਹੋ ਗਿਆ, ਪੁਰਾਣੇ ਡਾਕਟਰ ਤਾਂ ਸਮਝ ਹੁੰਦੀ ਸੀ ਬੁਖਾਰ ਹੈ,
ਹੁਣ ਕਸਾ ਕਾਫੂ ਨਾਲ ਟਾਕੂ ਹੋ ਗਿਆ। ਪਹਿਲੇ ਤਾਂ ਅੱਖੀਆਂ ਫਾੜ ਫਾੜ ਕੇ ਡਾਕਟਰ ਦੇਖ ਸੀ, ਯਾਰ ਬਾਬਾ ਹਫ਼ਤਾ ਕੇ ਉਹ ਅਜੀਬ ਟਾਕੂ ਹੋ ਗਿਆ, ਮਾਂ ਕੋ ਬੜਾ ਬੁਖਾਰ ਹੋ ਗਿਆ, ਆਲਾ 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 ਇਸ ਤਰ੍ਹਾਂ ਬੋਲਣ ਨਾ ਬਾਬਾ ਜੀ। ਫਿਰ ਇੱਕ ਹੋਰ ਬਿਮਾਰੀ ਆਖਦੇ ਹੁੰਦੇ ਸੀ ਅਧਰਤਾ ਹੋ ਗਿਆ, ਅਧਰਤਾ ਅੱਜ ਕੱਲ੍ਹ ਕਿਸੇ ਡਾਕਟਰ ਕਹੋ ਅਧਰਤਾ ਕੇ ਸ਼ਾਇਦ ਅੱਖਾਂ ਦੇ ਡਾਕਟਰ ਕੋਲ ਚਲੋ ਉਸ ਵੀ ਨਹੀਂ ਪਤਾ, ਯਾਨੀ ਕਿ ਜਿਸ ਕੋ ਦਿਹਾੜੀ ਨਜ਼ਰ ਆਉਂਦਾ ਅੱਧਾ ਅੱਧਾ ਨਜ਼ਰ ਆਉਂਦਾ ਅੱਧਾ ਨਹੀਂ ਆਉਂਦਾ, ਦਿਹਾੜੀ ਨਜ਼ਰ ਆਉਂਦਾ ਰਾਤੀ ਬਿਲਕੁਲ ਨਜ਼ਰ ਨਹੀਂ ਆਉਂਦਾ, ਅੱਖਾਂ ਦੀ ਬਿਮਾਰੀ ਹੈ, ਅੱਖਾਂ ਦੀ ਕੋਈ ਐਸੀ ਮਰਜ਼ ਹੈ ਜਿਹੜੀ ਉਸ ਕੋ ਘੱਟ ਨਜ਼ਰ ਆਉਂਦਾ। ਅੱਜ ਕੱਲ੍ਹ ਇਹ ਅੱਖਾਂ ਦੇ ਡਾਕਟਰ ਹੀ ਸਮਝਦੇ ਨੇ ਅਧਰਤਾ। ਇੱਕ ਉਹ ਇੱਕ ਹੋਰ ਬਿਮਾਰੀ ਹੈ ਅਸਰਤਾ, ਅਸਰਤਾ ਕੀ ਹੈ, ਅੱਧੇ ਸਿਰ ਦਾ ਦਰਦ ਹੁੰਦਾ, ਇੱਥੋਂ ਗਏ ਕਿਸੇ ਕੋਲ ਦਮ ਪਾਉਣ ਵਾਸਤੇ ਤਾਂ ਉਹ ਸਮਝਦਾ ਸਾ ਹਕੀਮ ਸ਼ਮੀਮ ਹਕੀਮ ਜਿਹੜਾ ਦਮ ਕਰਨ ਵਾਲਾ ਦੂਰ ਕਰਨ ਵਾਲਾ ਅਸਰਤਾ ਹੋ ਗਿਆ, ਉਹ ਦਮ ਸ਼ਮ ਪਾਉਂਦਾ ਸਾ ਆਰਾਮ ਹੋ ਜਾਂਦਾ ਸਾ। ਡਾਕਟਰ ਕੋਲ ਅੱਜ ਕੱਲ੍ਹ ਦੇ ਡਾਕਟਰ ਕੋਲ ਚਲੋ ਅਸਰਤਾ ਉਹ ਵੀ ਆ ਅੱਖੀਆਂ ਅੱਕਾ ਬਾਬਾ ਹੋ ਕੇ ਦੇਖ ਸੀ ਇਹ ਮਾਸੀ ਆਖਦੀ ਕਿ ਸਿਰਾ ਦਰਦ ਹੈ ਜੀ, ਅੱਧੇ ਇੱਥੋਂ ਇੱਥੋਂ ਭਰਾਂ ਇੱਥੋਂ ਭਰਾਂ ਅੱਧਾ ਦਰਦ ਹੈ ਤਾਂ ਇੱਥੋਂ ਨਹੀਂ। ਅੱਛਾ ਅੱਛਾ ਇਸ ਕਰਕੇ ਆ ਕਰੇ ਉਹ ਫਿਰ ਉਹ ਅੱਛਾ ਅੱਛਾ ਸਿਰ ਛਲਕਦਾ ਹੈ ਛਲਕਦਾ ਹੈ, ਜ਼ੁਕਾਮ ਵੀ ਹੈ ਹੈ। ਫਿਰ ਇਹ ਜ਼ੁਕਾਮ ਜ਼ਿਆਦਾ ਵੱਧ ਜੁਲਦਾ ਹੈ, ਇਹ ਅੱਜ ਕੱਲ੍ਹ ਦੀ ਇੱਕ ਬਿਮਾਰੀ ਜ਼ੁਕਾਮ ਆਖਦੇ ਉਸ ਵੇਲੇ ਆਖਦੇ ਉਹਨੇ ਸਿਰ ਟੁਖਾ ਜਿਨਕਾ ਕਿ ਟੁਖਾ ਲੱਗ ਗਿਆ। ਅੱਜ ਕੱਲ੍ਹ ਦੇ ਡਾਕਟਰ ਕੋਲ ਜਦੋਂ ਤਾਂ ਮਾਸੀ ਅਗਰ ਜੁਲੈ ਪੁਰਾਣੀ ਕੋਈ ਆ ਜੁਲੈ ਜਾਂ ਬਾਬਾ ਆ ਜੁਲੈ ਆਖਰ ਮੱਕ ਟੁਖਾ ਹੋ ਗਿਆ, ਉਹ ਤਾਂ ਅੱਕਾ ਬੱਕਾ ਹੋ ਜੂ ਸੀ, ਪਹਿਲੇ ਹੱਸੀ ਉਹ ਡਾਕਟਰ ਪਹਿਲੇ ਪਰੇਸ਼ਾਨ ਹੋ ਜੂ ਸੀ ਫਿਰ ਹੱਸੀ ਆ ਰਿਹਾ ਇਹ ਬਾਬਾ ਆਖਦਾ ਕਿ ਟੁਖਾ ਕਿਸ ਹੈ। ਉਹ ਮੱਕ ਜੀ ਟੁਖਾ ਹੋ ਗਿਆ, ਨੱਕ ਵਗਦਾ ਪਾਣੀ ਵਿੱਚੋਂ ਵਗਦਾ ਨੱਕਾਂ ਵਿੱਚੋਂ ਨਿਛਾਂ ਆਉਂਦੀਆਂ, ਅੱਲਾ 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 ਜ਼ੁਕਾਮ ਹੋ ਗਿਆ, ਹਾਂ ਉਹੀ 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 ਅਤੇ ਇਸ ਤਰ੍ਹਾਂ ਆਖੋ ਨਾ ਜੀ। ਉਹ ਬਾਬਾ ਟੁਖਾ ਹੋ ਗਿਆ। ਫਿਰ ਇੱਕ ਬਿਮਾਰੀ ਹੈ ਖੁਸ਼ੀ, ਹੁਣ ਕਿਸਾ ਕਾਫੋ ਨਾ ਤੋ ਖੁਸ਼ੀ ਲੱਗ ਗਈ ਆ, ਉਹ ਮਾਸੀ ਸਰਾ ਦੀ ਸੱਟ ਡਾਕਟਰ ਕੋਲ ਜੁਲਾ ਜੀ ਖੁਸ਼ੀ ਲੱਗ ਗਈ ਆ, ਉਹ ਵੀ ਪਰੇਸ਼ਾਨ ਹੋ ਸੀ ਯਾਰ ਖੁਸ਼ੀ ਕਿਤੇ ਇਹ ਕੀ ਲੱਗ ਗਈ ਹੈ ਖੁਸ਼ੀ ਲੱਗ ਗਈ ਹੈ ਖੁਸ਼ੀ ਨੀਂਦ ਕਿਆ ਹੈ ਬਾਬਾ ਜੀ ਖੁਸ਼ੀ ਲੱਗ ਗਈ ਹੈ ਖੁਸ਼ੀ ਅਬ ਬਾਬਾ ਕਿਥਾ ਖੁਸ਼ੀ ਲੱਗ ਗਈ ਉਹ ਇਹ ਹੈ ਤੇ ਇਹ ਹੈ ਅੱਲਾ ਖਾਰਿਸ਼ ਹੋ ਹਾਂ ਹਾਂ ਖਾਰਿਸ਼ ਖੁਰਕ ਖੁਰਕ ਅੱਛਾ ਅੱਛਾ ਇਹ ਸਭ ਕੋਈ ਖੁਸ਼ੀ ਕੋਈ ਖੁਰਕ ਆਖਦੇ ਨੇ ਅਤੇ ਉਹ ਡਾਕਟਰ ਪਰੇਸ਼ਾਨ ਹੋ ਜੂ ਸੀ ਯਾਰ ਇਹ ਕਿਹੜੀਆਂ ਬਿਮਾਰੀਆਂ ਦੇ। ਫਿਰ ਇਹ ਸਿਰ ਚਾੜ ਸਿਰ ਝਾੜਾ ਅਕਸਰ ਮਾਸੀਆਂ ਮਾਵਾਂ ਦਵਾਈਆਂ ਦੇ ਦੀਆਂ ਸੀ ਪਹਿਲੇ ਗਾਲੀਆਂ ਕੱਢੀਆਂ ਸਿਰ ਚਾੜੇ ਹੀ ਉਹ ਸੀਲਾ ਜੋ ਗਿਆ ਸਿਰ ਚਾੜੇ ਹੀ ਸਿਰ ਚਾੜ ਜਾਂਦੀ ਸਿਰਾਂ ਦੇ ਬਾਲ ਚੜ ਜੁਲਦੇ ਸੀ ਅੱਖਾਂ ਦੇ ਚੜ ਜੁਲਦੇ ਪਰਮਾਡੇ ਚੜ ਜੁਲਦੇ ਸੀ। ਇਹ ਵੀ ਇੱਕ ਬਿਮਾਰੀ ਹੈ ਜਿਲ ਦੀ ਬਿਮਾਰੀ ਆ ਸਿਰਾਂ ਦੀ ਬਿਮਾਰੀ ਆ ਅੱਜ ਕੱਲ੍ਹ ਉਸਦਾ ਜਦੀਦ ਇਲਾਜ ਹੈ ਅਤੇ ਇਹ ਜੀਵ ਜੀਵ ਨਾ ਅਤੇ ਫਿਰ ਇੱਕ ਬਿਮਾਰੀ ਅਸੀਂ ਛਾੜ ਉਹ ਸਿਰ ਸਾਮ ਨਾਲ ਹੀ ਅਸੀਂ ਸਿਰਫ ਗਰਮ ਸਰਬ ਹੋ ਜੁਲੈ ਅਤੇ ਛਾੜ ਉਸ ਉਸ ਤਾਂ ਕੋਈ ਦਮ ਦਰੋ ਹੀਲਾ ਵੀਲਾ ਕਰਦੀਆਂ ਅਸੀਂ ਮਾਸੀਆਂ ਅਤੇ ਉਹ ਠੀਕ ਹੁੰਦਾ ਸਾ। ਇਹਦੀਆਂ ਬਿਮਾਰੀਆਂ ਸੀ ਇਹੋ ਜਿਹੇ ਇਲਾਜ ਹੁੰਦੇ ਅਸੀਂ
ਘਰ ਘਰ ਵਿੱਚ ਜਮੈਣ ਦੀਆਂ ਫੱਕੀਆਂ, ਤਿਮਰਾਂ ਦੀਆਂ ਫੱਕੀਆਂ, ਸੁੰਬਲ, ਤਰਬਾਖੀ, ਜਮੈਣ, ਇਹ ਜਿਹੀਆਂ ਸਾਰੀਆਂ ਚੀਜ਼ਾਂ ਜੜੀ ਬੂਟੀਆਂ ਘਰ ਰੱਖਦੇ ਅਸੀਂ ਲੋਕ ਫਸਟ ਏਡ ਦੇ ਤੌਰ 'ਤੇ। ਅੱਜ ਕੱਲ੍ਹ ਦੇ ਫਸਟ ਏਡ ਦੇ ਤੌਰ 'ਤੇ ਪੱਟੀਆਂ ਅਤੇ ਇਹ ਵੋ ਅਤੇ ਦਵਾਈਆਂ ਅਤੇ ਮੈਡੀਸਨ ਇਹ ਲੋਕ ਰੱਖਦੇ ਨੇ। ਅਤੇ ਉਸ ਵੇਲੇ ਇਹ ਚੀਜ਼ਾਂ ਜਿਹੜੀਆਂ ਸੀ ਨਾ, ਇਹ ਦੇਸੀ ਜੜੀ ਬੂਟੀਆਂ ਘਰ ਵੱਡੇ ਵਡੇਰੇ ਰੱਖਦੇ ਅਸੀਂ। ਅਤੇ ਸੁਮਲ ਜਿਹੜਾ ਮੁੱਚ ਕੋੜਾ ਸਾ ਜਾਂ ਤੁੰਬਾ, ਤੁੰਬਾ ਵੀ ਨਾ ਫਲ ਹੁੰਦਾ, ਮੁੱਚ ਕੋੜਾ ਹੁੰਦਾ। ਅਤੇ ਸੁਮਲ ਅਸਾਂ ਨਿੱਕਿਆ ਅਸਾਂ ਬਲ ਗੋੜ ਕੇ ਦੇਵਾਂਗੇ, ਅਸੀਂ ਨਾ ਕਹਿੰਦਾ ਨਸਾਂ ਦੇ ਪਕੜ ਜਾਣ ਹੁਣ ਤਾਂ ਫਿਰ ਜ਼ਬਰਦਸਤੀ ਮੂੰਹਾਂ ਦੇ ਪਾਵਾਂ। ਅਤੇ ਉਸਦਾ ਫਾਇਦਾ ਇਹ ਸਾ ਕਿ ਦਾਣੇ ਛਾਣੇ ਨਾ ਹੁੰਦੇ ਸੀ, ਫਿਰ ਖੁਸ਼ੀ ਮੁਸ਼ੀ ਨਾ ਹੁੰਦੀ ਸੀ ਨਾ। ਫਿਰ ਹਾਜੀ ਪਿੱਤ ਨਿਕਲ ਗਈ ਹੈ, ਪਿੱਤ ਵੀ ਲੋਕ ਸਮਝਦੇ ਨੇ, ਡਾਕਟਰ ਵੀ ਸਮਝਦੇ ਨੇ, ਇਹ ਵੀ ਇੱਕ ਬਿਮਾਰੀ ਹੈ ਜਲ ਦੀ, ਦਾਣੇ ਨਿਕਲ ਜਾਂਦੇ ਹੁਣ। ਉਹਨਾਂ ਦਾ ਡਿਪਾਰਟਮੈਂਟ 40 ਸ਼ੋਬੇ ਬਣ ਗਏ ਮੈਡੀਕਲ ਦੇ, ਕੋਈ ਕੰਨਾਂ ਦਾ ਡਾਕਟਰ ਹੈ, ਕੋਈ ਅੱਖਾਂ ਦਾ ਡਾਕਟਰ ਹੈ, ਕੋਈ ਸਿਰਾਂ ਦਾ ਡਾਕਟਰ ਹੈ, ਕੋਈ ਡੈਂਟਲਸ ਹੈ, ਕੋਈ ਮੈਦੇ ਦਾ, ਬੱਚਿਆਂ ਦਾ ਲਾਦਾ, ਜਿਹੜੀਆਂ ਲਾਦਾ ਲਾਦਾ ਡਿਪਾਰਟਮੈਂਟ ਹੈ, ਲਾਦਾ ਲਾਦਾ ਬਿਮਾਰੀਆਂ ਅਤੇ ਲਾਦਾ ਲਾਦਾ ਡਾਕਟਰਾਂ ਦੇ ਆਗੂ, ਉਹਨਾਂ ਦੀ ਉਹਨਾਂ ਉਸ ਸ਼ੋਬੇ ਵਿੱਚ ਆਪਾਂ PhD ਕੀਤੀ ਹੈ। ਹੁਣ ਲੋਕ ਸਮਝਦੇ ਅੱਗਾ ਇਸ ਦੌਰ ਵਿੱਚ ਕਸਾ ਕਹਿੰਦਾ ਬਿਮਾਰੀਆਂ ਦਾ ਪਤਾ ਹੀ ਨਾ ਸਨ, ਇਹ ਨਾ ਕਹਿੰਦੇ ਅਸੀਂ, ਇਹ ਮਾਂ ਕਿ ਇਹ ਹੋ ਗਿਆ ਅਤੇ ਮਾਂ ਕਿ ਇਹ ਹੋ ਗਿਆ। ਅਤੇ ਉਹ ਪੁਰਾਣੇ ਡਾਕਟਰ ਵੀ ਸਮਝਦਾਰ ਅਸੀਂ, ਉਹ ਵੀ ਸਮਝਦੇ ਅਸੀਂ, ਉਹਨਾਂ ਦੀ ਰੋਜ਼ੀ ਉਹਨਾਂ ਨਾਲ ਲੱਗੀ ਤੀ ਅਸੀਂ। ਇਹ ਭਰਾਓ ਇਹ ਗੱਲ ਹੈ ਕਿ ਅਸਤੀਆਂ ਸਕਾਫਤਾਂ, ਅਸਤਾ ਕਲਚਰ, ਅਸਤਾ ਜਿਹੜਾ ਉਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ, ਅਸੀਂ ਉਸ ਉਜਾਗਰ ਕਰ ਰਹੇ ਹਾਂ, ਅਸੀਂ ਉਸ ਪੁਰਾਣੀਆਂ ਯਾਦਾਂ ਤਾਜ਼ਾ ਕਰ ਰਹੇ ਹਾਂ, ਤੁਸਾਂ ਦੱਸ ਰਹੇ ਹਾਂ, ਨਵੀਂ ਨਸਲ ਅਸਾਂ ਦੱਸ ਰਹੇ ਹਾਂ ਕਿ ਪਹਿਲੇ ਬਿਮਾਰੀਆਂ ਕਹਿਜੀਆਂ ਨਾ ਕਹਿਜੇ ਅਸੀਂ। ਇਸ ਵਾਸਤੇ ਮੈਂ ਇਸਦਾ ਤਸਕਰਾ ਕੀਤਾ, ਉਮੀਦ ਹੈ ਤੁਸਾਂ ਕੋ ਪਸੰਦ ਆ ਸੀ, ਅਤੇ ਤੁਸੀਂ ਕਮੈਂਟਸ ਵੀ ਕਰ ਸਕੋ, ਅਤੇ ਹਸਤੀ ਹੌਸਲਾ ਅਫਜ਼ਾਈ ਵੀ ਕਰ ਸਕੋ, ਅਤੇ ਵੀਡੀਓ ਸ਼ੇਅਰ ਵੀ ਕਰ ਸਕੋ। ਦੇਖਿਓ ਪੂਰੀ ਵੀਡੀਓ ਤੁਸੀਂ, ਬੜੀ ਮਿਹਰਬਾਨੀ ਹੈ। ਉਸ ਵੇਲੇ ਤੱਕ ਮਲਕ ਮਨਜ਼ੂਰ ਆ, ਇਜਾਜ਼ਤ ਦੇ ਸੁਖਦਾਰ ਹੋ।